ਅਸਲਾਮੁਆਲੇਕ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਬੈਲਿਓ ਗੱਲ ਜਿਹੜੀ ਇਹ ਬੜੀ ਵੱਧ ਗਈ ਹੈ ਤੇ ਬੜੀ ਅਗਾ ਨਿਕਲ ਗਈ ਹੈ ਪਿਛਲੇ ਕੁ 6 ਮਹੀਨੇ ਤੋਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਜਿਸ ਦਿਨ ਨਿਆਜ਼ੀ ਦੀ ਛੁੱਟੀ ਹੋਏਗੀ ਉਸ ਤੋਂ ਬਾਅਦ ਇਹਦਾ ਜ਼ਵਾਲ ਜਿਹੜਾ ਉਹ ਸ਼ੁਰੂ ਹੋਏਗਾ ਔਰ ਇੱਕ ਨੁਕਤਾ ਐਸਾ ਆਏਗਾ ਕਿ ਜਿੱਥੇ ਰਿਆਸਤ ਕਹੇਗੀ ਕਿ ਖਾਨ ਸਾਹਿਬ ਆ ਜਾ ਹੁਣ ਚਲੀਏ ਅਡਿਆਲਾ ਦੇਰ ਲੱਗ ਰਹੀ ਏ ਲੇਕਿਨ ਹਨੇਰ ਨਹੀਂ ਮੈਂ ਬਿਲਕੁਲ ਆਪਣੀਆਂ ਖਬਰਾਂ ਤੇ ਵੀ ਕਾਇਮ ਆ ਔਰ ਆਪਣੇ ਤਬਸਰਿਆਂ ਤੇ ਵੀ ਕਾਇਮ ਕਿਉਂਕਿ ਇਹ ਪਾਕਿਸਤਾਨ ਹੈ ਉਲਟੀ ਪੁਲਟੀ ਗਏ ਮੈਂ ਸਾਰੀ ਉੱਥੇ ਤੁਹਾਨੂੰ ਪਤਾ ਨਾ ਕਿ ਪੂਰਾ ਸਿਸਟਮ ਹੀ ਜਿਹੜਾ ਉਲਟ ਪੁਲਟ ਹੈ ਠੀਕ ਹੈ ਨਾ ਤੇ ਇਸ ਵਾਸਤੇ ਵਕਤ ਥੋੜਾ ਲੱਗ ਰਿਹਾ ਹੈ ਦੇਰ ਥੋੜੀ ਜੀ ਲੱਗ ਰਹੀ ਹੈ ਲੇਕਿਨ ਮਿੱਠੇ ਜਿਹੜੇ ਨੇ ਬੜੇ ਸੌੜੇ ਪੈ ਜਾਂਦੇ ਨੇ ਕਿ ਜੀ ਫੜਿਆ ਕਿਉਂ ਨਹੀਂ ਜਾ ਰਿਹਾ ਫੜਿਆ ਕਿਉਂ ਨਹੀਂ ਜਾ ਰਿਹਾ ਉਹ ਯਾਰ ਅਸੀਂ ਬੈਠੇ ਆ ਨਾ ਇੱਥੇ ਦੱਸਣ ਵਾਸਤੇ ਤੁਹਾਨੂੰ ਕਿ ਫੜਿਆ ਜਾਏਗਾ ਟੈਨਸ਼ਨ ਨਾ ਲਵੋ ਹੁਣ ਕਰੀਬ ਹੈ ਗੇਮ ਹੁਣ ਸਮਝੋ ਕਿਨਾਰੇ ਦੇ ਉੱਤੇ ਲੈ ਕੇ ਖਲਾਰ ਛੜਿਆ ਸੀ ਇਹਨੂੰ ਨਿਆਜ਼ੀ ਨੂੰ ਹੁਣ ਜਾਣੇ ਨਹੀਂ ਪਾਏਗਾ ਹੁਣ ਰੋਂਦਾ ਪਿਆ ਕਿ ਮੈਨੂੰ ਬਾਹਰ ਭੇਜ ਦਿਓ ਮੈਨੂੰ ਛੱਡ ਦਿਓ ਮੈਨੂੰ ਜਾਣ ਦਿਓ ਮੈਂ ਵਾਪਸ ਨਹੀਂ ਆਵਾਂਗਾ ਮੈਂ ਇਹ ਕਰਾਂਗਾ ਮੈਨੂੰ ਛੱਡ ਦਿਓ ਮੇਰਾ ਇਹ ਇਹ ਸਾਰਿਆਂ ਲੀਲਾ ਉਹ ਲੈ ਰਿਆ ਹੋਣ ਕਿ ਮੈਨੂੰ ਕਿਸੇ ਤਰੀਕੇ ਇਸ ਮੁਲਕ ਵਿੱਚ ਬਾਹਰ ਕੱਢੋ ਲੇਕਿਨ ਕੱਢਦਾ ਕੋਈ ਨਹੀਂ ਪਿਆ ਸਾਰਿਆਂ ਨੂੰ ਹੀ ਚਿੱਟਾ ਜਵਾਬ ਠੀਕ ਹੈ ਨਾ ਜੀ ਭਾਈ ਜੀ ਇਹ ਗੱਲ ਮੈਂ ਵਾਅਦਾ ਕਰਦੇ ਆਂ ਸਭ ਨੂੰ ਕਿ ਤਰਲੇਪਿਆ ਕਰਦੇ ਹਾਂ ਪਾਕ ਫੌਜ ਦੇ ਕਿ ਮੈਨੂੰ ਔਰ ਪੀਰਨੀ ਨੂੰ ਕਿਸੇ ਤਰੀਕੇ ਇਥੋਂ ਕੱਢੋ ਅਸੀਂ ਜੇਲ ਨਹੀਂ ਭੁਗਤ ਸਕਦੇ ਇੰਨੇ ਰਸਤੇ ਮਦੀ ਨਾ ਬਣਾਨੀ ਸੀ ਇਨ ਇਨਕਲਾਬ ਲੈ ਕੇ ਆਣਾ ਸੀ ਜਿਹੜਾ ਜੇਲ੍ਹ ਤੋਂ ਡਰਦਾ ਹੈ ਹੈ ਤੁਸੀਂ ਜਰਾ ਅੰਦਾਜ਼ਾ ਲਾ ਲਓ ਨਾ ਭਾਈ ਕਿਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਆ ਕੇ ਕਹਿੰਦੇ ਨੇ ਅਸਾਂ ਤਕਦੀਰ ਬਦਲਨੀ ਹੈ ਤੇ ਤਕਦੀਰ ਬਦਲਨੀ ਹੈ ਤੇ 15 ਕੋ ਸਾਲ ਤੇ ਅੰਦਰ ਜਾਣਾ ਪੈਣਾ ਹੀ ਨਾ ਤਕਦੀਰ ਲੱਭਣ ਅਹੀਂ ਮੈਨੂੰ ਵੀ ਛੱਡ ਦਿਓ ਤੇ ਪੀਰਨੀ ਨੂੰ ਵੀ ਛੱਡ ਦਿਓ ਸਾਨੂੰ ਦੋਹਾਂ ਨੂੰ ਗ੍ਰਿਫਤਾਰ ਨਾ ਕਰਿਆ ਜੀ ਅਸੀਂ ਬੜੇ ਨਾਜ਼ਕ ਆ ਰਾਣਾ ਸਾਹਿਬ ਕਿੰਦਾ ਸੀ ਬੜੇ ਨਾਜ਼ਕ ਆ ਤੇ ਜਰਾ ਹਨ ਉੱਥੇ ਹੀ ਕ ਲੈਣ ਸਿੱਤ ਤੁਹਾਨੂੰ ਕ ਲਿਆ ਸੀ ਹਾਂ ਇਹ ਤੁਸੀਂ ਦਾਣਾ ਸਾਹਿਬ ਜਰਾ ਖਿਆਲ ਕਰਨਾ ਜਿਹੜੀ ਖਬਰ ਤੁਹਾਡਾ ਸ਼ੇਅਰ ਕਰਨੀ ਹੈ ਬਹੁਤ ਵੱਡੀ ਖਬਰ ਔਰ ਬਹੁਤ ਤੁਹਾਡਾ ਤਲਕਾ ਸਿਆਸੀ ਡੇਰਾ ਦਾ ਆਪਣੇ ਅੰਦਾਜ਼ ਦੇ ਵਿੱਚ ਨਿਆਜ਼ੀ ਅੰਦਰ ਤੇ ਪੀਰਨੀ ਜਲੰਧਰ ਇੱਕ ਇਹ ਟਾਪਕਾ ਔਰ ਦੂਸਰੀ ਇਹ ਵੀ 17 ਜੁਲਾਈ ਤੋਂ ਬਾਅਦ ਨਿਆਜ਼ੀ ਦੇ ਗ੍ਰਸਤਾਰੀ ਆਸਤੇ ਪੂਰਾ ਸਮਾਨ ਜਿਹੜਾ ਉਹ ਤਿਆਰ ਕਰ ਲਿਆ ਜਿਸ ਤਰ੍ਹਾਂ ਹਾਂਡੀ ਪਕਾਉਣ ਵਾਸਤੇ ਪਹਿਲੂ ਪੂਰਾ ਸਮਾਨ ਨਹੀਂ ਤਿਆਰ ਕਰੀਦਾ ਇਸ ਤਰ੍ਹਾਂ ਸਾਰਾ ਸਮਾਨ ਜਿਹੜਾ ਇਹ ਤਿਆਰ ਕਰ ਲਿਆ ਨਿਆਜ਼ੀ ਅੰਦਰ ਤੇ ਪੀਰਨੀ ਜਲੰਧਰ ਉਹ ਕਿਸ ਤਰ੍ਹਾਂ तकरीबन 15 ਤੋਂ 16 ਕੇਸ ਨੇ ਕਰਪਸ਼ਨ ਦੇ ਯਾਨੀ ਕਿ ਜਿਹੜੀ ਨੰਗੀ ਕਰਪਸ਼ਨ ਤੁਸੀਂ ਕਹਿ ਲਓ ਬਈ 10 ਰਾਬਾ ਉਹਦੋਂ ਕੋਲ ਲਿਆ 5 ਉਹਦੋਂ ਕੋਲ ਲਿਆ 2 ਉਹਦੋਂ ਲਿਆ ਤੇ ਉਹਨਾਂ ਨੇ ਕੰਮ ਕੀਤੇ ਆਡੀਓ ਛਾੜੀਓ ਵੀ ਆ ਜਾਣਗੀਆਂ ਜਿਨ੍ਹਾਂ ਦੇ ਉਹ ਆਡੀਓ ਮਾਈ ਵਾਲੀ ਤੇ ਤੁਸੀਂ ਸੋਹਣੀ ਲਈ ਆ ਨਾ ਮਲਕ ਰਿਆਜ਼ ਵਾਲੀ 5 ਕੈਰਾਟ ਹੀਰਾ 12 15 ਕਰੋੜ ਵਾਲਾ ਉਹ ਵੀ ਪਰਚਾ ਹੋਣਾ ਨਾ ਮਤਲਬ ਗਾਲ ਸਮਝਿਆ ਕਰੋ ਇੱਕ ਉਹ 16 17 ਦੇ ਦਰਮਿਆਨ ਕੇਸ ਨੇ ਜਿਹੜੇ ਇਸ ਤਰ੍ਹਾਂ ਨਿਆਜ਼ੀ ਨੇ ਪੈਸੇ ਲੈਨੇ ਔਰ ਉਹਨਾਂ ਦੀ ਕਾਲਾਂ ਔਰ ਮੈਸੇਜ ਦੇ ਰਿਕਾਰਡ ਨੇ ਕਿ ਬਈ ਮੈਂ ਆ ਠੇਕਾ ਲੈਣਾ ਚਾਹ ਦੋ ਰੁਪਏ ਜਮ੍ਹਾਂ ਕਰਾ ਦੇ ਫਲਾਮ ਦੁਬਈ ਦੇ ਬੈਂਕੇ ਚ ਉੱਥੇ ਆ ਬੈਠੀ ਆ ਉੱਥੇ ਤੇ ਕਾਰਗੁਰ ਲਾ ਦੇ ਫਲਾਣਾ ਇੰਜ ਫਲਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੱਕ 15 ਕੋ ਕੇਸ ਨੇ ਉਸ ਤੋਂ ਬਾਅਦ ਜਿਹੜੇ ਕੋਈ ਤੋਸ਼ਾਖਾਨਾ ਦੇ ਕੇਸ ਨੇ ਉਹ ਘੜੀਆਂ ਦੇ ਕੇਸ ਨੇ ਉਹ ਅਲੱਗਾ ਨੇ ਉਹ ਛੋਟੇ ਛੋਟੇ ਕੇਸ ਨੇ 6 6 ਮਹੀਨੇ ਸੜਾਲ ਨਾ ਅਹਿਲੀ ਉਹਦੇ ਤਾਹਿਆਤ ਹੁੰਦੀ ਹੈ ਲੇਕਿਨ ਜੇ ਲਿੰਜੀਏ ਵੀ ਹੁਣ ਘੜੀ ਵੇਚੜੀ 15 ਕਰੋੜ ਦੀ ਤੇ ਉਹਦੀ ਕੀ ਹੁੰਦਾ ਆਣੀ ਕੁ 6 ਮਹੀਨੇ ਹੀ ਹਣੀ ਹੈ ਨਾ ਵੀਲ ਕੱਪ ਦਾ ਪੜਾ ਸਾਹਬ ਹੈ ਵਜਿਵੇਂ ਸ਼ੇਖ ਰਸ਼ੀਦ ਅੰਦਰ ਵੀਲ ਕੱਪ ਚੋਰੀ ਕਰਨ ਵਾਲਾ ਤੇ ਸਾਰੀ ਉਮਰ ਅੰਦਰ ਰਹਿੰਦਾ ਤੇ ਨਿਆਜ਼ੀ ਜੀ ਨੇ ਘੜੀ ਚੋਰੀ ਕੀਤੀ ਹੈ 15 ਕਰੋੜ ਦੀ ਉਹ 6 ਮਹੀਨਿਆਂ ਚ ਬਾਹਰ ਵੀਲ ਵੀਲ ਕੱਪ ਠੀਕ ਹੈ ਇਹ ਸਰਕਾਰ ਕੋ 15 16 ਕੇਸ ਔਰ ਇੱਕ ਗੱਲ ਮੈਂ ਵਾਜ਼ਿਹਾ ਕਰ ਦਿਆ ਇਹ ਜਿਹੜੀ ਹਕੂਮਤ ਇਹ ਇਹਨਾਂ ਦਾ ਇੱਕ ਵਾਅਦਾ ਹੈ ਆਪਣੇ ਆਪ ਨਾਲ ਇਹ ਕੇਸ ਉਹ ਬਣਾਣਾ ਜਿਹਦੇ ਵਿੱਚ ਸਜ਼ਾ ਹੋਵੇ ਔਰ ਕੇਸ ਦੀ ਸੁਣਵਾਈ ਮੀਡੀਆ ਦੇ ਸਾਹਮਣੇ ਹੋਵੇ ਔਰ ਸ਼ਵਾਹਦ ਮੀਡੀਆ ਦੇ ਸਾਹਮਣੇ ਜੱਜ ਬੈ ਕੇ ਸੁਣ ਕੇ ਸਜ਼ਾ ਦੇ ਹੁਣ ਸੁਣਾਓ ਐਵੇਂ ਕੇਸ ਨਹੀਂ ਬਣਾਣੇ ਜਿਵੇਂ ਨਿਆਜ਼ੀ ਬਣਾਉਂਦਾ ਰਿਹਾ ਉਹਨੂੰ ਫੜ ਲੈ ਉਹਨੂੰ ਫੜ ਲੈ ਉਹ ਮੈਨੂੰ ਚੰਗਾ ਨਹੀਂ ਲੱਗਦਾ ਉਹ ਮੈਨੂੰ ਗਾਲ੍ਹਾਂ ਕੱਢਦਾ ਰਾਣੇ ਨੂੰ ਫੜ ਲੈ ਸ਼ਵਾਹ ਸ਼ਰੀਫ ਨੂੰ ਫੜ ਲੈ ਮਰੀਮ ਨੂੰ ਫੜ ਲੈ ਨਾ ਕੇਸ ਉਹ ਬਣਾਣੇ ਨੇ ਪਹਿਲੇ ਜਿਹੜੇ 8 10 ਕੇਸ ਨੇ ਬਈ ਜਿਨ੍ਹਾਂ ਦੇ ਵਿੱਚ ਉਹ ਇਹ ਗੱਲ ਕਹਿਣ ਕਿ ਇਹ ਜਿਹੜਾ ਕੇਸ ਦੀ ਸੁਣਵਾਈ ਆ ਇੱਕ ਕੈਮਰੇ ਦੇ ਸਾਹਮਣੇ ਹੋਵੇ ਔਰ ਆਵਾਮ ਵੇਖੇ ਕਿ ਇਹਨੇ ਕਿਥੇ ਕਿਥੇ ਮਾਲ ਬਣਾਇਆ ਔਰ ਕਿੰਨਾ ਮਾਲ ਬਣਾਇਆ ਤੇ ਇਸ ਵਾਸਤੇ ਮੈਂ ਕਹਿ ਰਿਹਾ ਕਿ ਐ 17 ਜੁਲਾਈ ਦਾ ਇਲੈਕਸ਼ਨ ਜਿਹੜਾ ਅੱਜ ਇਹਦੇ ਵਿੱਚ ਤੁਸੀਂ ਬੜ ਚੜ ਕੇ ਹਿੱਸਾ ਲਾਓ ਜਿਹੜੇ 20 ਹਲਕਿਆਂ ਦੇ ਲੋਕ ਔਰ ਪਖਤੂਨ ਹਾ ਦੇ ਵਿੱਚੋਂ ਨਿਆਜ਼ੀ ਨੇ ਕਾਫੀ ਲੋਕ ਹੰਗਾਮਾ ਕਰਨ ਵਾਸਤੇ ਉੱਥੇ ਛੱਡੇ ਜੇ ਤੇ ਪੰਜਾਬ ਪੁਲਿਸ ਔਰ ਏਜੰਸੀਆਂ ਨੂੰ ਔਰ ਸੀਆਈਡੀ ਨੂੰ ਮੈਂ ਕਹਿਣਾ ਕਿ ਆਪਣੇ ਘੋੜੇ ਦੁਰਾ ਕੇ ਬੰਦੇ ਫੜ ਲਓ ਇਹਨਾਂ ਹੰਗਾਮੇ ਕਰਨੇ ਜੇ ਠੀਕ ਇਹ ਤਾਂ ਗੱਲ ਹੋ ਗਈ ਤਾਂ ਪੀਰਨੀ ਕਿਵੇਂ ਜਲੰਧਰ ਚਲੋ ਨਿਆਜ਼ੀ ਤੇ ਹੋ ਗਿਆ ਅੰਦਰ ਤੇ ਪੀਰਨੀ ਕਿਵੇਂ ਜਲੰਧਰ ਪੀਰਨੀ ਇਸ ਤਰ੍ਹਾਂ ਤੋਂ ਜਲੰਧਰ ਹੈ ਕਿ ਪੀਰਨੀ ਦੇ ਖਿਲਾਫ 100 ਪੂਰਾ ਨਾ 99 ਤੇ ਨਾ 101 100 ਪੂਰਾ ਕਰਪਸ਼ਨ ਦਾ ਕੇਸ ਆ ਔਰ ਐਸੀ ਕਰਪਸ਼ਨ ਇਹ ਨਾ ਸੁਣੀ ਨਾ ਵੇਖੀ ਔਰ ਨਾ ਅਗਲੀ ਇੱਕ ਸਦੀ ਤੱਕ ਤੁਸੀਂ ਵੇਖ ਔਰ ਸੁਣ ਸਕੋ ਇਹ ਸਿਆਸੀ ਡੇਰਾ ਦਾ ਤੌਰ ਨਾ ਵਾਦਾ ਅਸੀਂ ਤੇ ਰਹਿਣਾ ਨਹੀਂ ਪਤਾ ਨਹੀਂ 5 ਸਾਲਾਂ 10 ਸਾਲਾਂ ਕਿੰਨੇ ਆ ਅੱਲਾ ਹੀ ਬਿਹਤਰ ਜਾਣਦਾ ਦਿਹਾੜੀ ਵੀ ਆ ਕਿ ਨਹੀਂ ਲੇਕਿਨ ਚਿਹੜਾ ਕਾਰਨਾਮੇ ਪੀਰਨੀ ਨੇ ਕੀਤੇ ਨੇ ਪਿਛਲੇ 4 ਸਾਲ ਵਿੱਚ ਉਹਦੇ ਵਰਗੇ ਕਾਰਨਾਮੇ ਅਗਲੀ ਇੱਕ ਸਦੀ ਦੇ ਵਿੱਚ ਵੀ ਕੋਈ ਪੀਰਨੀ ਆ ਕੇ ਨਹੀਂ ਕਰ ਸਕੇਗੀ ਇਹ ਅਸੀਂ ਤੁਹਾਨੂੰ ਜਿਹੜਾ ਨਾ ਇਹ ਇਹ ਅਸੀਂ ਗਰੰਟੀ ਤੁਹਾਨੂੰ ਦਿੰਦੇ ਆ ਤੇ ਇਸ ਵਾਸਤੇ ਨਿਆਜ਼ੀ ਅੰਦਰ ਹੋਏਗਾ ਔਰ ਪੀਰਨੀ ਨਾਲ ਦੀ ਜੇਲ੍ਹ ਜਲੰਧਰ ਹੋਏਗੀ ਕਿਉਂਕਿ ਜਿੰਨਾ ਕੋ ਜ਼ੁਲਮ ਔਰ ਜ਼ਬਰ ਔਰ ਜਿੰਨਾ ਕੋ ਜ਼ਿਆਤੀਆਂ ਔਰ ਜ਼ੁਲਮ ਇਨ ਪੰਜਾਬ ਦੇ ਨਾਲ ਕਰ ਛੜਿਆ ਤੁਹਾਡੀ ਸੋਚ ਅੱਜ ਪੰਜਾਬ ਦਾ ਬੱਚਾ-ਬੱਚਾ ਦਵਾਈ ਨੂੰ, ਰੋਟੀ ਨੂੰ, ਆਟੇ ਨੂੰ, ਕਿਓ ਨੂੰ ਤਰਸਦਾ ਪਿੱਤਾ। ਔਰ ਇਹਨਾਂ ਸਾਰਿਆਂ ਦਾ ਮਾਲ ਇਹ ਮਾਈ ਪੀਰਨੀ ਨੇ ਨਿਆਜ਼ੀ ਦੇ ਨਾਲ ਮਿਲ ਕੇ ਖਾਦਾ। ਤੇ ਇਸ ਵਾਸਤੇ ਮੈਂ ਕਹਿ ਰਿਹਾ ਸਿਆਸੀ ਡੇਰਾ ਦੇ ਪਲੇਟਫਾਰਮ ਤੇ ਕਿ ਨਿਆਜ਼ੀ ਅੰਦਰ ਤੇ ਪੀਰਨੀ ਜਲੰਧਰ। ਇਹ ਗੱਲ ਤੇ ਤੁਸੀਂ ਸਾਰੀ ਸਮਝ ਹੀ ਗਾਇਆ ਹੋ ਨਾ ਹੁਣ। ਔਰ ਉਸ ਤੋਂ ਬਾਅਦ ਜੀ 17 ਜੁਲਾਈ ਤੋਂ ਬਾਅਦ ਮੁਸਲਮ ਲੀਗ ਨੂਨ ਨੇ ਜਦੋਂ ਜਿੰਨਾ ਜੋ ਨਜ਼ਰ ਆ ਰਹੀ ਹੈ ਕੋਈ ਮੁਕਾਬਲਾ ਹੀ ਨਹੀਂ ਕਿਸੇ ਕਿਸਮ ਦਾ ਕੋਈ ਮੁਕਾਬਲਾ ਨਹੀਂ ਠੀਕ ਹੈ ਨਾ ਮੁਸਲਮ ਲੀਗ ਨੂਨ ਜਿੱਤ ਰਹੀ ਹੈ ਪਾਰੀ اکثریت ਨਾਲ ਜਿੱਤੇਗੀ ਹੋ ਸਕਦਾ 20 ਦੀਆਂ 20 ਸੀਟਾਂ ਲਿਆ ਜਾਏ ਔਰ ਹੋ ਸਕਦਾ ਕੁ ਦੋ ਚਾਰ ਸੀਟਾਂ ਸੱਜੇ ਖੱਬੇ ਕੋਈ ਜ਼ਕਾਤ ਜ਼ਕੂਤ ਚ ਕੱਢ ਕੇ ਤੇ ਦੇ ਦੇਣ ਲੇਕਿਨ ਲੱਗਦਾ ਮੈਨੂੰ ਨਹੀਂ ਲੱਗਦਾ ਇੰਜ ਹੀ ਐ ਬੈ ਝਾੜੂ ਫਿਰਨਾ ਕਿਉਂਕਿ ਆਵਾਮ ਪੰਜਾਬ ਦੀ ਉਹ ਸਮਝਦਾਰ ਨੇ ਕਿ ਸਾਨੂੰ ਪੰਜਾਬ ਨੂੰ ਕਿੰਨੇ ਸੰਭਾਰਿਆ ਔਰ ਸਾਡੀ ਹਫਾਜ਼ਤ ਔਰ ਸਾਡਾ ਖਿਆਲ ਕਿਹੜੀ ਪਾਰਟੀ ਰੱਖਦੀ ਹੈ ਔਰ ਉਹ ਮੁਸਲਮਾਨ ਲੀਗ ਨੋਨ ਤੇ 17 ਜੁਲਾਈ ਦੇ ਇਲੈਕਸ਼ਨ ਤੋਂ ਬਾਅਦ ਬਾਈ ਨੂੰ ਫਿਰ ਦੁਬਾਰਾ ਜਿਹੜਾ ਹਮਜ਼ਾ ਸ਼ਬਾਸ ਜਿਹੜਾ ਉਹਦਾ ਪੋਲਿੰਗ ਹੋਏਗੀ ਉਹਦੀ ਬਜ਼ਾਰ ਤੇ ਆਲਾ ਦੀ ਉਸ ਤੋਂ ਬਾਅਦ ਫਿਰ ਜਿਹੜਾ ਹਫਤਾ ਸ਼ੁਰੂ ਹੋਏਗਾ ਯਾਨੀ ਕਿ ਜੁਲਾਈ ਦਾ ਆਖਰੀ ਹਫਤਾ ਜਿਹੜਾ ਸ਼ੁਰੂ ਹੋਏਗਾ ਉਥੋਂ ਫਿਰ ਇਹ ਨਿਆਜ਼ੀ ਪੀਰਨੀ ਬੁਜ਼ਦਾਰ ਔਰ ਇਸ ਤਰ੍ਹਾਂ ਦੇ ਜਿੰਨੇ ਵੀ ਕਿਰਦਾਰ ਨੇ ਜਿਨ੍ਹਾਂ ਨਵਾਂ ਪਾਕਿਸਤਾਨ ਬਣਾਇਆ ਹੈ ਬਾਲੋ ਬੱਤੀਆਂ ਉਹਨਾਂ ਨੂੰ ਫੜਿਆ ਜਾਏਗਾ ਔਰ ਫੜ ਕੇ ਆਵਾਮ ਦੇ ਸਾਹਮਣੇ ਖਿਲਾਰਿਆ ਜਾਏਗਾ ਔਰ ਚੌਕਾਂ ਦੇ ਵਿੱਚ ਅਦਾਲਤਾਂ ਲਾਈਆਂ ਜਾਣਗੀਆਂ ਕਿ ਐ ਵੇਖੋ ਇਹਨਾਂ ਕੀ ਕੀ ਕੀਤਾ ਤੁਹਾਡੇ ਨਾਲ ਬਹੁਤ ਸ਼ੁਕਰੀਆ